हलचल टीवी न्यूज। ਇਹ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਕਿ ਰੱਬ ਜੋ ਦਿੰਦਾ ਹੈ ਉਹ ਕਦੋਂ ਖੋ ਲਵੇ ਇਸ ਦਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਹੁੰਦਾ। ਇਸੇ ਤਰ੍ਹਾਂ ਗੁਰਦਾਸਪੁਰ ਦੀ ਇੱਕ ਬਜ਼ੁਰਗ ਮਾਤਾ ਤੋਂ ਵੀ ਰੱਬ ਨੇ ਘਰ ਦੇ ਸਾਰੇ ਹੀ ਜੀ ਖੋ ਲਏ ਨੇ। ਇੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਸ ਬਜ਼ੁਰਗ ਮਾਤਾ ਦੇ 6 ਪੁੱਤਰ 1 ਪੋਤੀ ਤੇ ਪਤੀ ਤੇ ਰੱਬੀ ਮਾਰ ਪੈਣ ਦੇ ਕਾਰਨ ਉਹ ਇਸ ਦੁਨੀਆ ਤੋਂ ਚਲੇ ਗਏ ਸਨ ਤੇ ਹੁਣ ਇਹ ਬਜ਼ੁਰਗ ਮਾਤਾ ਇਕੱਲੀ ਰਹਿ ਗਈ। ਬਜ਼ੁਰਗ ਮਾਤਾ ਘਰ ਵਿੱਚ ਇਕੱਲੀ ਰਹਿ ਕੇ ਆਪਣੀ ਦਰਦ ਭਰੀ ਜ਼ਿੰਦਗੀ ਬਤੀਤ ਕਰ ਰਹੀ ਹੈ ਤੇ ਘਰ ਵਿੱਚ ਕੋਈ ਕਮਾਈ ਦੇ ਸਾਧਨ ਨਾ ਹੋਣ ਦੇ ਕਾਰਨ ਪਿੰਡ ਦੇ ਹੀ ਕੁਝ ਲੋਕ ਇਸ ਬਜ਼ੁਰਗ ਮਾਤਾ ਦੀ ਮਦਦ ਕਰਦੇ ਨੇ। ਬਾਕੀ ਤੁਹਾਨੂੰ ਦਿਖਾਉਂਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। ਪਰਿਵਾਰ ਤਾਂ ਬਹੁਤ ਜ਼ਿਆਦਾ ਭਰਿਆ ਸੀ, ਘਰ ਵੀ ਭਰਿਆ ਸੀ। ਕਮਾਈਆਂ ਜਦੋਂ ਆਉਣ ਦਾ ਮੌਕਾ ਲੱਗਾ ਉਹਦਾ ਮਾਲਕ ਨੇ ਕੀ ਪਤਾ ਕੀ ਖਿੱਚ ਮਾਰੀ। ਕਿੰਨੇ ਬੱਚੇ? 6 ਕਾਕੇ ਸੀ, 7ਵਾਂ ਉਹ ਆਪ ਗਿਆ, 8ਵੀਂ ਪੋਤੀ ਗਈ, ਘਰ ਖਾਲੀ ਹੋ ਗਿਆ। ਕਦੀ ਗਿਲਾ ਕੀਤਾ ਉਸ ਪਰਮਾਤਮਾ ਨਾਲ? ਗਿਲਾ ਵੀ ਮੈਂ ਆਖਾਂ ਮਾਲਕਾ ਤੇਰੇ ਕੋਲ ਤਾਂ ਮੈਂ ਮੰਗਿਆ, ਤੂੰ ਮੈਨੂੰ ਦਿੱਤਾ ਤਾਂ ਤੂੰ ਬਾਰੀ ਫੇਰਤਾ ਮੇਰੇ ਘਰ 'ਚ। ਕਿਸ ਤਰ੍ਹਾਂ ਫਿਰ ਤੁਹਾਡਾ ਘਰ ਦਾ ਸਾਰਾ ਚੱਲਦਾ ਹੋਣਾ? ਹੁਣ ਇਸ ਵੇਲੇ ਤਾਂ ਚਲੋ ਚੱਲਦਾ ਤਾਂ ਮਾੜਾ ਸੀ ਤੇ ਦੂਸਰੀ ਗੱਲ ਵਾ ਵੀ ਹੁਣ ਤਾਂ ਚਲੋ ਚੰਗਾ। ਉਹ ਪਰਮੇਸ਼ਰ ਭੇਜਣ ਡਿਆ ਆਪਣੇ ਬੱਚਿਆਂ ਨੂੰ, ਬੱਚੇ ਮੈਨੂੰ ਦੇ ਕੇ ਜਾਂਦੇ। ਪੈਸੇ ਧੇਲੇ ਜਦੋਂ ਲੋੜ ਪੈਂਦੀ ਹੈ ਫਿਰ ਉਦੋਂ ਕਿੱਦਾਂ? ਪੈਸੇ ਧੇਲੇ ਤਾਂ ਹੁਣ ਤੁਹਾਨੂੰ ਕੀ ਮੈਂ ਦੱਸਾਂ, ਪੈਸੇ ਧੇਲੇ ਦੇ ਨੂੰ ਤਾਂ ਕੋਈ ਗੱਲ ਨਹੀਂ ਬਣਦੀ। ਉਦੋਂ ਜਦੋਂ ਬੱਚੇ ਕਮਾਉਂਦੇ ਸੀ ਜਿੰਦੇ ਜਾਗਦੇ ਉਦੋਂ ਕਦੀ ਕੋਈ ਕਮੀ ਪੇਸ਼ੀ ਆਈ ਪੈਸੇ ਧੇਲੇ? ਨਾ ਜੀ, ਮੁੰਡੇ ਬੰਬੇ ਹੁੰਦੇ ਸੀ ਉਹਨੇ ਫੋਨ ਕਰ ਦੇਣਾ, ਉਹਨੇ ਪੈਸੇ ਪਾ ਦੇਣਾ ਕਿ ਮਾਈ ਬੁੱਢੇ ਅਸੀਂ ਦੋਵੇਂ ਹੀ ਰਹਿੰਦੇ ਹਾਂ ਤੇ ਕੁੜੀ ਅਸੀਂ ਹੋਲੀ 13-14 ਸਾਲਾਂ ਦੀ ਸੀ, ਸੋਹਣੀ ਬੜੀ ਸੀ, ਭਰਾ ਇੱਕ ਸੋਹਣਾ ਸੀ ਉਹ ਵੀ ਮਰ ਗਿਆ ਤਾਂ ਅਸੀਂ ਕੁੜੀ ਹੋਲੀ ਉਮਰ ਦੇ ਵਿਆਹ। ਕਿਸ ਤਰ੍ਹਾਂ ਲਏ ਸੀ ਪਰਮਾਤਮਾ ਤੋਂ? ਹਾਂ, ਪਰਮਾਤਮਾ ਕੋਲੋਂ ਕਿਸ ਤਰ੍ਹਾਂ ਲਏ ਸੀ? ਐਦਾਂ ਮੰਗ ਕੇ ਹੀ ਲਿਆ ਸੀ, ਐਦਾਂ ਹੀ ਝੋਲੀਆਂ ਨਾ ਮਹਾਰਾਜ ਮੈਨੂੰ ਧੀ ਦੇ ਪੁੱਤ ਦੇ ਮੇਰੇ ਘਰ ਪੈਰ ਲਾ ਦੇ। ਕਿਸ ਤਰ੍ਹਾਂ ਫਿਰ ਸਾਰੇ ਯਕਦਮ ਕਿਸ ਤਰ੍ਹਾਂ ਚਲੇ ਗਏ ਛੱਡ ਕੇ ਤੁਹਾਨੂੰ? ਉਹ ਛੱਡ ਕੇ ਬੱਚੇ, ਚਲੋ ਬੱਚੇ ਬਿਮਾਰ ਹੁੰਦੇ ਰਹੇ ਆ, ਟੀਕੇ ਲਵਾਉਣੇ, ਦਵਾਈਆਂ ਦਵਾਉਣੇ, ਠੀਕ ਹੋ ਜਾਣੇ, ਹਰੀ ਕਾਇਮ ਹੋ ਜਾਣਾ। ਉਹ ਜਦੋਂ ਦੂਰ ਨੇੜੇ ਦੇਖ ਲਿਆ ਲੋਕਾਂ ਨੇ ਵੀ ਹੁਣ ਕੰਮ ਧੰਦਾ ਕਰਨ ਲੱਗ ਪਏ, 10,000 ਇੱਕ ਮੁੰਡਾ ਲੈ ਕੇ ਆਇਆ ਬੰਬੇ, ਉਹ ਨਜ਼ਰ ਖਾ ਗਈ ਲੋਕਾਂ ਦੀ, ਨਜ਼ਰ ਖਾ ਗਈ। ਫਿਰ ਹਸਬੈਂਡ ਦੀ ਕਿੱਦਾਂ ਮੌਤ ਹੋਈ ਘਰ ਵਾਲੇ ਦੀ? ਘਰ ਵਾਲੇ ਦੀ ਉਹਨੂੰ ਜੀ ਬਹਾਨਾ ਹੀ ਬਣ ਗਿਆ, ਬੁਖਾਰ ਹੀ ਚੜਿਆ 2 ਦਿਨ। ਹੁਣ ਉਹਨੂੰ ਪਰਮਾਤਮਾ ਨੂੰ ਮੈਂ ਕੀ ਕਹਿ ਸਕਦੀ ਹਾਂ, ਹੁਣ ਇਹੋ ਉਹਦੀਆਂ ਮਾਲਕਾਂ ਤੁਈਓ ਦਿੱਤਾ ਤੁਈਓ ਦੇ ਗਿਆ, ਹੁਣ ਉਹਨੂੰ ਹੀ ਆਖਣ। ਹੁਣ ਕੋਈ ਗੱਲ ਕਹੀ ਨਹੀਂ ਜਾਂਦੀ, ਜੋ ਰੱਬ ਨੂੰ ਗਾਲਾਂ, ਕਿਸੇ ਵੇਲੇ ਮੇਰਾ ਮਨ ਦੁਖੀ ਹੁੰਦਾ ਤਾਂ ਮੈਂ ਰੱਬ ਨੂੰ ਗਾਲਾਂ ਵੀ ਕੱਢ ਦਿੰਦੀ ਹਾਂ ਵੀ ਤੂੰ ਮੈਨੂੰ ਦਿੱਤਾ, ਤੇਰੇ ਕੋਲ ਮੰਗਿਆ ਤੂੰ ਦਿੱਤਾ ਤਾਂ ਖੜਿਆ ਕੇ ਰੋ ਕੇ ਖਪ ਕੇ ਫਿਰ ਅਸਰ ਪੂੰਜੀਏ। ਹੁਣ ਘਰ ਦਾ ਗੁਜ਼ਾਰਾ ਤੁਹਾਡਾ ਰੋਟੀ ਪਾਣੀ ਦਾ ਕਿੱਦਾਂ ਚੱਲਦਾ? ਰੋਟੀ ਪਾਣੀ ਦਾ ਗੁਜ਼ਾਰਾ ਇੱਦਾਂ ਚਲੋ ਮਾੜਾ ਚੰਗਾ ਚੱਲਦਾ ਹੀ ਹੈ। ਤਾਂ ਯਾਦ ਆਉਂਦੀ ਆਪਣੇ ਬੱਚਿਆਂ ਦੀ, ਮੁੰਡਿਆਂ ਦੀ, ਫਿਰ ਕਿਸ ਤਰ੍ਹਾਂ ਆਉਂਦਾ ਮਨ 'ਚ? ਮਨ ਤਾਂ ਬੜਾ ਕੁਛ ਹੁੰਦਾ ਵਾ, ਦੁਖੀ ਹੈ ਮਨ, ਮਨ ਤਾਂ ਦੁਖੀ ਹੈ ਪਰ ਹੁਣ ਕੀ ਕਹਿ ਸਕਦੇ, ਹੁਣ ਤਾਂ ਜੋ ਹੁਣ ਪਈਆਂ ਵਾ ਉਹ ਕੱਟਣ ਡਈ ਆ ਤੇ ਚਲੋ ਰਾਸ਼ਨ ਪਾਣੀ ਦਾ ਵਾ, ਚਲੋ ਸਰਦਾ ਜਾਂਦਾ ਚੱਲਦਾ ਜਾਂਦਾ, ਤੁਹਾਡੇ ਵਰਗੇ ਬੱਚੇ ਦੇ ਜਾਂਦੇ ਆ ਏਦਾਂ ਹੀ ਇੱਕ ਕਰਕੇ। ਕੋਈ ਰੱਬ ਨੂੰ ਪਿਆਰੇ ਹੋ ਗਏ, ਕੋਈ ਕੁਦਰਤੀ ਇਹੋ ਜਿਹੀ ਮਾਰ ਪਈ, ਮਾਤਾ ਹੁਣ ਇਕੱਲੀ ਰਹਿੰਦੀ ਆ, ਇਹਨਾਂ ਦਾ ਲਾਗੇ ਜਿੱਦਾਂ ਦਾ ਵੀ ਸ਼ਰਧਾ ਪਾਲਦਾ ਇਹਨਾਂ ਦੇ ਲਾਗੇ ਜ਼ਰੂਰ ਮਦਦ ਕਰੀਦੀ ਆ, ਕੁਝ ਪਿੰਡ ਵੀ ਕਰਦਾ ਸਾਰੇ ਕਰਦੇ ਮਦਦ। ਬਾਕੀ ਗੱਲ ਇਹ ਆ ਜ਼ਰੂਰੀ ਵੀ ਕੁਦਰਤੀ ਮਾਰ ਨੂੰ ਕੋਈ ਹੁਣ ਡੱਕ ਤੇ ਸਕਦਾ ਨਹੀਂ ਤੇ ਮਾਤਾ ਜੀ ਦਾ ਬਿੱਲ ਆਉਂਦਾ ਵਾ, ਬਿੱਲੇ 2-3 ਵਾਰੀ ਤਾਰਿਆ ਵਾ, ਬੱਤੀ ਨੂੰ ਕਹਿ ਕੇ ਲਵਾਇਆ ਵੀ ਆ, ਕਈ ਜਿਹੜੀ ਕੀਤਾ ਵਾ ਸਰਪੰਚ ਸਾਹਿਬ ਨੇ ਵੀ ਤਾਰਿਆ ਵਾ ਤਾਂ ਬੱਤੀ ਫਿਰ ਕੱਟ ਜਾਂਦੇ ਆ, ਲਾ ਜਾਂਦੇ ਆ, ਕੱਟ ਜਾਂਦੇ ਆ, ਲਾ ਜਾਂਦੇ ਆ, ਬਿੱਲ ਜਮ੍ਹਾਂ ਹੋ ਜਾਂਦਾ ਵਾ। ਤਾਂ ਹੁਣ ਤੁਸੀਂ ਆਪ ਜਾਣੇ ਜੇ ਵੀ ਕਿੰਨੀ ਕੋਈ ਕਿੰਨੀ ਕੁ ਮਦਦ ਕਰਦਾ ਜਾਊਗਾ, ਕੋਈ ਆਪਣੇ ਘਰਾਂ ਕਹਿੰਦੇ ਆ
ਫਿਰ ਵੀ ਜਿੰਨੇ ਜੋਗਾ ਹੈਗਾ ਇਹਨਾਂ ਦੀ ਮਦਦ ਜ਼ਰੂਰ ਕਰੀਦੀ ਹੈ। ਜੀ ਭਾਜੀ ਜ਼ਿੰਦਗੀ ਕਾਹਦੀ ਹੈ, ਵਿਚਾਰੀ ਦਿਨਾਂ ਨੂੰ ਧੱਕੇ ਦੇਣ ਡਈ ਆ, ਚਾਪ 6 ਦੇ ਬੱਚੇ ਸੀ ਵਿਚਾਰੀ ਦੇ, ਪਤੀ ਚੰਗਾ ਭਲਾ ਸੀ ਅਜੇ ਜਵਾਨ ਸੀ ਉਹ ਵੀ ਪੂਰਾ ਹੋ ਗਿਆ, ਬੱਚੇ ਵੀ ਪੂਰੇ ਹੋ ਗਏ, ਮੁੰਡੇ ਕਮਾਈ ਕਰਦੇ ਸੀ ਆਪਣੇ ਘਰ ਆਉਂਦੇ ਸੀ, ਅਤੇ ਇੱਕ ਤੋਂ ਇੱਕ ਵੱਧ ਤੋਂ ਵੱਧ ਸਾਲ ਬਾਅਦ ਹਾਦਸਾ ਹੁੰਦਾ ਰਿਹਾ ਇਹਦੇ ਨਾਲ। ਸੰਸਥਾ ਵਾਲੇ ਕੁਝ ਦੇ ਜਾਂਦੇ ਆ ਕੋਈ ਸਮਾਨ, ਕੁਛ ਇਹਦੀ ਵੀ ਇਹਨਾਂ ਦੀ ਪਿੰਡ ਮਦਦ ਕਰਦਾ ਵਾ, ਆਣ ਤੇ ਗੁਆਂਢ ਇਹਨਾਂ ਦੀ ਕਰਦੇ ਆ। ਸਰਪੰਚ ਨੇ ਇਹਦਾ ਬਿੱਲ ਆਇਆ ਸੀ, ਸਰਪੰਚ ਨੇ ਬਿੱਲ ਵੀ ਤਾਰਿਆ। ਆਪ ਦੇਖ ਰਹੇ ਹੈ ਹਲਚਲ ਟੀਵੀ ਨਿਊਜ਼।